ਸਤਿ ਸ਼੍ਰੀ ਅਕਾਲ ਦੋਸਤੋ, ਫੋਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੱਕ ਪੰਜਾਬੀ ਇੰਡਸਟਰੀ ਤੋਂ ਮੰਦਭਾਗੀ ਖਬਰ ਹੈ ਜਿਹੜੀ ਆਈ ਹੈ ਸਕਰੀਨ ਤੇ, ਜੋ ਤੁਸੀਂ ਇਮੇਜ ਦੇਖ ਰਹੇ ਹੋ। ਇਸ ਇਮੇਜ ਦੇ ਵਿੱਚ ਗੁਰਪ੍ਰੀਤ ਸਿੰਘ ਹੈ, ਛੋਟੀ ਉਮਰ ਦਾ ਇਹ ਲੜਕਾ ਸੀਗਾ। ਇੰਡਸਟਰੀ ਦੇ ਵਿੱਚ ਇਸਨੇ ਹਾਲੇ ਕਦਮ ਰੱਖਿਆ ਸੀ, ਬਹੁਤ ਕੁਝ ਕਰਨਾ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ, ਦੁਨੀਆ ਨੂੰ ਹੈ ਜਿਹੜੀ ਅਲਵਿਦਾ ਆ ਗਿਆ। ਸੋ ਪ੍ਰੀਤ ਸਿੰਘ ਨੇ ਇਹ ਸਭ ਦੀ ਜਾਣਕਾਰੀ ਜਿਹੜੀ ਦਿੱਤੀ ਹੈ। ਕੁਝ ਸਮਾਂ ਪਹਿਲਾਂ ਜਿਹੜਾ ਦਿਲਜੀਤ ਦੁਸਾਂਝ ਦੇ ਨੀਰੂ ਬਾਜਵਾ ਨਾਲ ਗੁਰਪ੍ਰੀਤ ਸਿੰਘ ਨੇ ਸਕਰੀਨ ਹੈ ਜਿਹੜੀ ਸ਼ੇਅਰ ਕੀਤੀ ਸੀ, ਹਰ ਵਕਤ ਕੋਈ ਕਲਿੱਪ ਦੇ ਜ਼ਰੀਏ, ਇੱਕ ਛੋਟੇ ਮੈਸੇਜ ਦੇ ਜ਼ਰੀਏ ਲੋਕਾਂ ਨੂੰ ਇਹ ਹਸਾਉਂਦਾ ਰਹਿੰਦਾ ਸੀ। ਛੋਟੀ ਹਾਈਟ ਕਾਰਨ ਲੋਕ ਇਹਨਾਂ ਨੂੰ ਬਹੁਤ ਪਸੰਦ ਕਰਦੇ ਸੀ। ਕੋਈ ਵੀ ਇਹ ਚੁਟਕਲਾ ਸੁਣਾਉਂਦਾ ਸੀਗਾ ਜਾਂ ਕੋਈ ਮੈਸੇਜ ਦੇਣਾ ਚਾਹੁੰਦਾ ਸੀ ਤਾਂ ਲੋਕ ਉਸ ਨੂੰ ਪਸੰਦ ਕਰਦੇ ਸੀਗੇ। ਪਰ ਬੇਵਕਤੀ ਇਸ ਮੌਤ ਨੇ ਜਿਹੜਾ ਬਹੁਤ ਡੂੰਘਾ ਸਦਮਾ ਗੁਰਪ੍ਰੀਤ ਸਿੰਘ ਦੇ ਚਾਹੁਣ ਵਾਲਿਆਂ ਨੂੰ ਦਿੱਤਾ। ਕਿਸੇ ਨੇ ਸੋਚਿਆ ਨਹੀਂ ਸੀ ਕਿ ਇੱਦਾਂ ਵੀ ਇਹ ਜਿਹੜਾ ਹੋ ਜਾਏਗਾ, ਸਾਰਿਆਂ ਨੂੰ ਹਸਾਉਂਦਾ ਹਸਾਉਂਦਾ ਇੱਕਦਮ ਰਵਾ ਕੇ ਚਲਾ ਜਾਏਗਾ। ਅਤੇ ਪ੍ਰੀਤ ਸਿੰਘ ਨੇ ਸਾਰੀ ਜਾਣਕਾਰੀ ਹੈ ਜਿਹੜੀ ਆਪਣੀ ਇੰਸਟਾਗ੍ਰਾਮ ID 'ਤੇ ਪਾ ਕੇ ਦਿੱਤੀ ਹੈ।